ਗਾਇਸ ਦਿਸ ਆਰ ਰਸਨ ਗੁਰੀ ਗਾਇਸ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਤਬੀਤਾਂ ਸਿਹਤਾਂ ਠੀਕ ਆ ਤੁਸੀਂ ਟਾਈਟਲ ਦੇਖ ਲਿਆ ਹੋਣਾ ਥੰਬਨੇਲ ਦੇਖ ਲਿਆ ਹੋਣਾ ਅਤੇ ਮੇਰੀ ਹਾਲਤ ਵੀ ਦੇਖ ਲਈ ਹੋਣੀ ਕਿ ਗਰਮੀ 'ਚ ਤੁਹਾਡੇ ਲਈ ਵੀਡੀਓ ਬਣਾ ਰਿਹਾ ਮੈਂ ਪੱਖਾ ਸ਼ੱਕਾ ਬੰਦ ਕਰਕੇ ਅਤੇ ਇੱਕ ਛੋਟੀ ਜਿਹੀ ਰਿਕੁਐਸਟ ਆ ਕਿਸੇ ਨੇ ਵੀ ਇਸ ਵੀਡੀਓ ਨੂੰ ਸੀਰੀਅਸ ਨਹੀਂ ਲੈਣਾ ਓਨਲੀ ਇੰਟਰਟੇਨਿੰਗ ਪਰਪਸ ਲਈ ਇਹ ਵੀਡੀਓ ਬਣਾਈ ਜਾ ਰਹੀ ਆ ਸੋ ਬਿਲਕੁਲ ਵੀ ਸੀਰੀਅਸ ਨਹੀਂ ਲੈਣਾ ਤੁਸੀਂ ਸਾਰਿਆਂ ਨੇ ਗੁਰੂ ਵੀਰੇ ਦਾ ਲੈਗਸੀ ਗਾਣਾ ਸੁਣਿਆ ਹੋਣਾ ਠੀਕ ਆ ਨਾ ਅਤੇ ਉਹ ਗਾਣੇ 'ਤੇ ਮੈਂ ਨਾ ਕਮੈਂਟ ਰੀਡ ਕਰ ਰਿਹਾ ਸੀ ਅਤੇ ਮੈਂ ਦੇਖਿਆ ਕਾਫੀ ਸਾਰੇ ਕਮੈਂਟ ਇੱਦਾਂ ਦੇ ਆ ਰਹੇ ਆ ਕਿ ਗਾਣਾ ਕੋਪੀ ਆ ਠੀਕ ਆ ਨਾ ਬਹੁਤ ਸਾਰੇ ਐਲੀਗੇਸ਼ਨਸ ਗੁਰੀ ਵੀਰੇ 'ਤੇ ਲਾਈ ਜਾ ਰਹੇ ਆ ਠੀਕ ਆ ਨਾ ਅਤੇ ਉਹਨਾਂ ਨੂੰ ਆਪਾਂ ਕਲੀਅਰ ਕਰਦੇ ਹਾਂ ਠੀਕ ਆ ਨਾ ਕਾਫੀ ਸਾਰੇ ਲੋਕਾਂ ਦੀ ਕਨਫਿਊਜ਼ਨ ਹੁਣ ਕਲੀਅਰ ਹੋ ਜੂਗੀ ਠੀਕ ਆ ਨਾ ਕਾਫੀ ਸਾਰੇ ਲੋਕ ਬੋਲ ਰਹੇ ਕਿ ਗੁਰੀ ਵੀਰੇ ਨੇ ਨਵਾਨ ਸੰਧੂ ਨੂੰ ਕਾਪੀ ਕੀਤਾ ਠੀਕ ਆ ਨਾ ਨਵਾਨ ਸੰਧੂ ਦਾ ਗਾਣਾ ਹੈਗਾ ਅਨਬੋਥਡ ਠੀਕ ਆ ਨਾ ਉਹ ਗਾਣਾ ਤੁਸੀਂ ਸੁਣ ਸਕਦੇ ਜੇ ਹਾਂਜੀ ਤੁਸੀਂ ਗਾਣਾ ਸੁਣਿਆ ਹੋਣਾ ਹੁਣ ਤੁਸੀਂ ਗੁਰੀ ਵੀਰੇ ਦਾ ਗਾਣਾ ਸੁਣੋ ਲੈਗਸੀ ਗੱਭਰੂ ਦੇ ਲਾਣੇ ਵਿੱਚ ਸੱਤ ਰੱਬ ਲਾ ਗੀਤ ਗੱਭਰੂ ਦੇ ਕਿੱਲੇ ਆ ਪਵਾਉਂਦੇ ਟੱਸ ਨਾ ਗੱਭਰੂ ਨੇ ਜੈਜ ਨਾ ਚਲਾਉਂਦਾ ਅਸਲ ਹਾਂਜੀ ਤੁਸੀਂ ਗੁਰੀ ਵੀਰੇ ਦਾ ਵੀ ਲੈਗਸੀ ਗਾਣਾ ਸੁਣਿਆ ਅਤੇ ਥੋੜ੍ਹਾ ਜਿਹਾ ਜਿਹਨਾਂ ਨਾਲ ਰਾਈਮ ਅਤੇ ਬੀਟ ਮੈਚ ਕਰ ਰਹੀ ਆ ਮਗਰ ਇਹਨੂੰ ਕੋਪੀ ਨਹੀਂ ਕਹਿ ਸਕਦੇ ਠੀਕ ਆ ਨਾ ਜੋ ਲੋਕ ਨਵਾਨ ਸੰਧੂ ਦੇ ਜਿੰਨੇ ਵੀ ਫੈਨਸ ਕੋਪੀ ਕੋਪੀ ਕਹਿ ਰਹੇ ਆ ਨਾ ਤੁਸੀਂ ਨਵਾਨ ਸੰਧੂ ਦਾ ਦਿ ਫਾਈਨੈਸਟ ਗਾਣਾ ਹੈਗਾ ਤੁਸੀਂ ਉਹ ਸੁਣੋ ਹਾਂਜੀ ਤੁਸੀਂ ਦਿ ਫਾਈਨੈਸਟ ਗਾਣਾ ਸੁਣਿਆ ਹੁਣ ਤੁਸੀਂ ਇਹ ਵਾਲਾ ਗਾਣਾ ਸੁਣੋ ਤੇ ਇਟਸ ਯੋਰ ਬਰਥਡੇ ਠੀਕ ਆ ਨਾ ਹੁਣ ਦੇਖ ਰਹੇ ਜੇ ਨਾ ਕਿ ਦੋਨਾਂ ਵਿੱਚ ਮੈਚ ਹੈਗਾ ਦੀ ਫਾਈਨੈਸਟ ਸੌਂਗ ਅਤੇ ਇਟਸ ਯੋਰ ਬਰਥਡੇ ਸੌਂਗ ਦੇ ਵਿੱਚ ਮੈਚ ਹੈਗਾ ਨਾ ਥੋੜ੍ਹਾ ਥੋੜ੍ਹਾ ਦੇਖ ਰਹੇ ਹੋ ਨਾ ਤੁਸੀਂ ਸੁਣਿਆ ਨਾ ਅਤੇ ਯਾਰ ਇੱਦਾਂ ਹੀ ਜਿਹੜਾ ਨਾ ਲੈਗਸੀ ਗਾਣਾ ਅਤੇ ਅਨਬੋਥਡ ਗਾਣੇ ਵਿੱਚ ਥੋੜ੍ਹਾ ਥੋੜ੍ਹਾ ਮੈਚ ਹੈਗਾ ਅਤੇ ਇਹਨੂੰ ਕੋਪੀ ਨਹੀਂ ਕਹਿ ਸਕਦੇ ਇਹਨੂੰ ਇੰਸਪਾਇਰ ਹੋ ਕੇ ਜਿਹੜਾ ਨਾ ਇੱਦਾਂ ਦੀ ਮਿਊਜ਼ਿਕ ਬੀਟ ਬਣਾਉਣਾ ਕਹਿ ਸਕਦੇ ਹਾਂ ਠੀਕ ਆ ਨਾ ਸੋ ਕੋਪੀ ਕੁਝ ਵੀ ਨਹੀਂ ਆ ਇੱਦਾਂ ਦੇ ਕਮੈਂਟ ਜਿਹੜਾ ਨਾ ਪਾਸ ਕਰੋ ਬੰਦੇ ਨੇ ਬਹੁਤ ਮਿਹਨਤ ਕੀਤੀ ਹੁੰਦੀ ਆ ਅਤੇ ਅੱਗੇ ਜਿਹੜਾ ਨਾ ਉਸ ਬੰਦੇ ਨੇ ਗੁਰੀ ਵੀਰੇ ਨੇ ਜਿਹੜਾ ਨਾ 2 ਸਾਲ ਬਾਅਦ ਗਾਣਾ ਦਿੱਤਾ ਹੁਣ ਅਸੀਂ ਉਸ ਵੀਰੇ ਦੀ ਐਲਬਮ ਦੀ ਵੇਟ ਕਰ ਰਹੇ ਹਾਂ ਠੀਕ ਆ ਨਾ ਉਹਦੇ ਨਵੇਂ ਨਵੇਂ ਪ੍ਰੋਜੈਕਟਸ ਵੇਟ ਕਰ ਰਹੇ ਹਾਂ ਅਤੇ ਤੁਸੀਂ ਇੱਦਾਂ ਦੇ ਐਲੀਗੇਸ਼ਨਸ ਨਾ ਲਾਓ ਠੀਕ ਆ ਨਾ ਹਾਲਤ ਦੇਖ ਲਓ ਕੀ ਹੋ ਗਈ ਆ ਅਤੇ ਹੁਣ ਇੱਦਾਂ ਦੇ ਐਲੀਗੇਸ਼ਨਸ ਲਈ ਲਾਣੇ ਮੈਂ ਤੁਹਾਨੂੰ ਕਲੀਅਰ ਕਰ ਦਿੱਤੀ ਹਰ ਚੀਜ਼ ਬਸ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਨਵੀਂ ਨਵੀਂ ਅਪਡੇਟਸ ਲਈ ਅਤੇ ਆਪਣਾ ਗਾਣਾ ਕਮਿੰਗ ਸੂਨ।